ਬਿਲਕੁਲ ਬੇਬੁਨਿਆਦ ਇਲਜ਼ਾਮ ਹੈ। ਇਹ ਕੋਈ ਇਲਜ਼ਾਮ ਹੈ ਵੀ ਜੋ ਰਾਮ ਕੋ ਲਾਏ ਹੈ ਹਮ ਉਨਕੋ ਲਾਏਂਗੇ, ਵੀ ਇਹਨਾਂ ਦਾ ਭਜਨ ਹੈ ਔਰ ਇਹਨੂੰ ਰਾਜਨੀਤਿਕ ਨਾਲ ਜੋੜਿਆ ਜਾਂਦਾ ਹੈ। ਮੁਕਤਸਰ ਦੀਆਂ ਸਮੂਹ ਜਥੇਬੰਦੀਆਂ ਅਤੇ ਸਨਾਤਨ ਨਾਲ ਸੰਬੰਧ ਰੱਖਦੀਆਂ ਔਰ ਜਿਹੜੀਆਂ ਸੰਸਥਾਵਾਂ ਧਾਰਮਿਕ ਸੰਸਥਾਵਾਂ ਉਹਨਾਂ ਨੇ ਰਲ ਮਿਲ ਕੇ 71 ਪੈਸੇ ਕਰਕੇ ਇਹ ਸਮਾਗਮ ਕਰਵਾਇਆ ਸੀ ਔਰ ਕਨਈਆ ਮਿੱਤਲ ਜੀ ਦਾ ਜੋ ਫੇਮਸ ਹੈ ਸਾਰੀ ਦੁਨੀਆ ਦੇ ਵਿੱਚ ਗੀਤ ਜੋ ਰਾਮ ਕੋ ਲਾਏ ਹੈ ਹਮ ਉਨਕੋ ਲਾਏਂਗੇ, ਵਿਰੋਧੀ ਪਾਰਟੀਆਂ ਇਸ ਗੱਲ ਨੂੰ ਮੰਨਦੀਆਂ ਵੀ ਇਹ ਸਿਰਫ ਅਤੇ ਸਿਰਫ ਭਾਰਤੀ ਜਨਤਾ ਪਾਰਟੀ ਦਾ ਗੀਤ ਹੈ ਅਤੇ ਭਾਰਤੀ ਜਨਤਾ ਪਾਰਟੀ ਸਮੂਹ ਪਾਰਟੀਆਂ ਜਿਹੜੀਆਂ ਵਿਰੋਧੀ ਹੈ ਦੱਸ ਰਹੀਆਂ ਕਿ ਉਹ ਸਟੇਜ 'ਤੇ ਆ ਕੇ ਮੰਨ ਲੈਣਗੀਆਂ ਵੀ ਰਾਮ ਨੂੰ ਅਸੀਂ ਨਹੀਂ ਲੈ ਕੇ ਆਏ ਜਾਂ ਰਾਮ ਨੂੰ ਅਸੀਂ ਮੰਨਦੇ ਨਹੀਂ, ਉਹ ਮੰਨ ਲੈਣ ਤਾਂ ਮੈਂ ਪਰਚਾ ਜਾਇਜ਼ ਮੰਨ ਲੂੰਗਾ ਵੀ ਪਰਚਾ ਜਾਇਜ਼। ਸਮੂਹ ਦੁਨੀਆ ਦਾ ਰਾਮ ਹੈ ਔਰ ਰਾਮ ਐਸਾ ਪਾਰਟ ਹੈ ਸਾਡੀ ਜ਼ਿੰਦਗੀ ਦਾ, ਜੇ ਇਤਿਹਾਸ ਨੂੰ ਵੇਖੀਏ ਤਾਂ ਉਸ ਦੀ ਆਈਡੋਲੋਜੀ ਚੱਲੀਏ। ਹਾਂ, ਮੇਰੀ ਪਾਰਟੀ ਭਾਰਤੀ ਜਨਤਾ ਪਾਰਟੀ ਹੈ, ਮੈਂ ਉਹਦਾ ਕਾਰਿਆਕਰਤਾ, ਮੈਂ ਨਤਮਸਤਕ ਹੋਣ ਗਿਆ ਸੀ ਇਸ ਜਾਗਰਣ ਦੇ ਵਿੱਚ ਔਰ ਮੈਨੇਜਮੈਂਟ ਕਮੇਟੀ ਹੈ ਜਿਹੜੀ ਸ਼ਾਮ ਪ੍ਰਚਾਰ ਹੋਇਆ ਜਾਂ ਲੰਗਰ ਕਮੇਟੀਆਂ ਹੋਈਆਂ ਉਹਨਾਂ ਦੀ ਤਰਫੋਂ ਜਾਗਰਣ ਹੋਇਆ ਸੀ ਔਰ ਮੈਨੂੰ ਧੁਰਾ ਬਣਾ ਕੇ ਇਹਨਾਂ ਨੇ ਪਰਚਾ ਦਰਜ ਕੀਤਾ ਔਰ ਲਿੱਤਾ ਹੈ ਵੀ ਇਹਨਾਂ ਨੇ ਭਜਨ ਗਵਾਇਆ ਜੋ ਰਾਮ ਕੋ ਲਾਏ ਹੈ ਜਿਹੜਾ ਕਿ ਬੇਬੁਨਿਆਦ। ਬਿਲਕੁਲ ਪਰਮਿਸ਼ਨ ਮੇਰੇ ਕੋਲ ਹੈ ਲੇਕਿਨ ਉਹਦੇ ਵਿੱਚ ਬਾਅਦ 'ਚ ਕਿਹਾ ਗਿਆ ਵੀ ਇਹ ਪਰਮਿਸ਼ਨ ਸਿਰਫ ਸਾਊਂਡ ਦੀ ਹੈ, ਮਾਈਕ ਦੀ ਹੈ। ਮਾਈਕ ਦੇ ਨਾਲ ਹੀ ਇਕੱਠ ਹੋਣਾ, ਮਾਈਕ ਦੀ ਪਰਮਿਸ਼ਨ ਮਿਲ ਗਈ ਤਾਂ ਲੋਕਾਂ ਨੇ ਇਕੱਤਰ ਹੋਣਾ। ਜਦੋਂ ਭਜਨ ਹੀ ਐਸਾ ਲੋਕਾਂ ਦੇ ਹਿਰਦਿਆਂ ਨੂੰ ਛੂੰਹਦਾ ਜੋ ਰਾਮ ਕੋ ਲਾਏ ਹੈ ਹਮ ਉਨਕੋ ਲਾਏਂਗੇ, ਉਹ ਮਾਈਕ 'ਤੇ ਜਦੋਂ ਕਨਈਆ ਮਿੱਤਲ ਨੇ ਭਜਨ ਗਾਇਆ ਤਾਂ ਲੋਕ ਇਕੱਤਰ ਹੋ ਗਏ। ਹੁਣ ਇਹ ਕਹਿੰਦੇ ਵੀ ਰਾਸ਼ ਦੀ ਪਰਮਿਸ਼ਨ ਹੈ ਨਹੀਂ ਗੀ, ਮੈਂ ਕਿਹਾ ਵੀ ਰਾਸ਼ ਦੀ ਤਾਂ ਕੋਈ ਪਰਮਿਸ਼ਨ ਨਹੀਂ ਹੁੰਦੀ, ਮਾਈਕ ਦੀ ਪਰਮਿਸ਼ਨ ਹੁੰਦੀ ਹੈ ਅਤੇ ਮਾਈਕ ਦੀ ਪਰਮਿਸ਼ਨ ਮੇਰੇ ਕੋਲ ਹੈ। ਅੱਜ ਇਕੱਠੀਆਂ ਹੋਈਆਂ ਜਥੇਬੰਦੀਆਂ, ਕਾਫੀ ਜਥੇਬੰਦੀਆਂ ਧਾਰਮਿਕ ਇਕੱਠੀਆਂ ਹੋਈਆਂ ਹੈਗੀਆਂ, ਕੀ ਕਹੋਗੇ ਕੀ ਅਗਲਾ ਜਾਏਗਾ? ਦੇਖੋ, ਮੁਕਤਸਰ ਦੇ ਵਿੱਚ ਸਮੂਹ ਜਥੇਬੰਦੀਆਂ ਦਾ ਮੈਨੂੰ ਟੈਲੀਫੋਨ ਵੀ ਆਇਆ ਵੀ ਗ੍ਰਿਫਤਾਰੀਆਂ ਅਸੀਂ ਦੇਵਾਂਗੇ। ਅੱਜ ਉਹਨਾਂ ਨੇ, ਮੈਂ ਸੁਣਿਆ, ਪ੍ਰੈਸ ਕਾਨਫਰੰਸ ਵੀ ਸੱਦੀ ਸੀ ਔਰ ਸਮੂਹ ਸਨਾਤਨ ਜਥੇਬੰਦੀਆਂ ਨੇ ਕਿਹਾ ਕਿ ਅਸੀਂ ਤੁਹਾਡੇ ਨਾਲ ਹੈ ਔਰ ਗ੍ਰਿਫਤਾਰੀਆਂ ਅਸੀਂ ਦੇਵਾਂਗੇ ਜੇ ਪਰਚਾ ਕੈਂਸਲ ਨਾ ਕੀਤਾ ਤਾਂ। ਇੱਕ ਬੜਾ ਵੱਡਾ ਵਿਰੋਧ ਹੋਊਗਾ ਜਿਹੜਾ ਕਿ ਇਸ ਸ਼ਹਿਰ ਲਈ ਇੱਕ ਮਿਸਾਲ ਬਣੂਗਾ। ਮੈਨੂੰ ਇਹ ਗੱਲ ਮਹਿਸੂਸ ਹੋ ਰਹੀ ਹੈ, ਉਹ ਜੋ ਧਾਰਮਿਕ ਸਮਾਗਮ ਸੀਗਾ, ਅਸੀਂ ਉੱਥੇ ਨੌਨ ਪੋਲੀਟੀਕਲੀ ਪਹੁੰਚੇ ਹਾਂ ਕਿਉਂਕਿ ਸ਼ਹਿਰ ਦੇ ਵਿੱਚ ਇੱਕ ਬਾਜ਼ਾਰੀ ਦਾ ਜਾਗਰਣ ਹੋ ਰਿਹਾ ਸੀਗਾ। ਮੈਂ ਉੱਥੇ ਉਸ ਦਿਨ 30 ਤਰੀਕ ਸੀਗੀ, ਸਾਡੇ ਧਰਮ ਗੁਰੂ ਪੂਜੀ ਮਹਾਰਾਜ ਜੀ ਦਾ ਜਨਮ ਦਿਨ ਸੀਗਾ ਅਤੇ ਮੈਂ ਉੱਥੇ ਜਾ ਕੇ ਇੱਕ ਪ੍ਰਤਿਮਾ ਉਹਨਾਂ ਨੂੰ ਇੱਕ ਚਿੱਤਰ ਭੇਟ ਕੀਤਾ ਕਨਈਆ ਮਿੱਤਲ ਨੂੰ, ਔਰ ਕਿਸੇ ਬੰਦੇ ਨੇ ਉੱਥੇ ਕਿਸੇ ਵਿਅਕਤੀ ਵਿਸ਼ੇਸ਼ ਰਾਜਨੀਤਿਕ ਬੰਦੇ ਦੇ ਨਾਂ 'ਤੇ ਨਾਰਾ ਨਹੀਂ ਲਾਇਆ, ਕਿਸੇ ਪੋਲੀਟੀਕਲ ਪਾਰਟੀ ਦੇ ਨਾਂ 'ਤੇ ਨਾਰਾ ਨਹੀਂ ਲਾਇਆ, ਪਰ ਫਿਰ ਵੀ ਪਤਾ ਨਹੀਂ ਸਰਕਾਰ ਜਾਂ ਕਿਸੇ ਹੋਰ ਬੰਦੇ ਨੇ ਜਿਸਨੇ ਵੀ ਐਕਸ਼ਨ ਲਿਆ ਉਹਦੀ ਕੀ ਮਨਸਾ, ਕੀ ਉਹਦੀ ਸੋਚ ਹੈ ਕਿ ਭਗਵਾਨ ਦਾ ਰਾਮ ਭਗਵਾਨ ਰਾਮ ਜੀ ਦਾ ਨਾਂ ਲੈਣਾ ਹੀ ਗੁਣਾ ਹੈ। ਹੁਣ ਮੈਨੂੰ ਪਤਾ ਨਹੀਂ ਕਿਸ ਬੰਦੇ ਨੇ ਕੀਤਾ ਹੋਇਆ ਕੰਮ ਹੈ। ਮੈਂ ਕਹਿੰਦਾ ਵੀ ਜਿਹੜੇ ਬੰਦੇ ਨੇ ਕੀਤਾ ਉਹਨੂੰ ਸ਼ਰੇਆਮ ਸਾਹਮਣੇ ਆਉਣਾ ਚਾਹੀਦਾ ਔਰ ਉਹਦਾ ਸਪਸ਼ਟੀਕਰਨ ਵੀ ਦੇਣਾ ਚਾਹੀਦਾ ਕਿ ਜੋ ਰਾਮ ਕੋ ਲਾਏ ਹੈ ਹਮ ਉਨਕੋ ਲਾਏਂਗੇ ਇਹ ਕਿਸੇ ਇੱਕ ਪਾਰਟੀ ਨਾਲ ਸੰਬੰਧਿਤ ਹੈ, ਜਾਂ ਤਾਂ ਉਹ ਪਾਰਟੀ ਇਹ ਗੱਲ ਕਰੇ ਵੀ ਇਹ ਸਾਡਾ ਰਾਮ ਭਗਵਾਨ ਨਾਲ ਕੋਈ ਲੈਣਾ ਦੇਣਾ ਨਹੀਂ ਗਾ, ਸਾਡੇ ਤਾਂ ਭਾਵੇਂ ਹੋਰ ਹਜ਼ਾਰਾਂ ਪਰਚੇ ਕਰ ਦਿਓ, ਪਰ ਜੇ ਗੱਲ ਹੈ ਵੀ ਭਗਵਾਨ ਰਾਮ ਸਾਹਿਬ ਦੇ ਸਾਂਝੇ ਹੈ ਫਿਰ ਇਸ ਗੱਲ 'ਤੇ ਪਰਚਾ ਹੋਣਾ ਬਹੁਤ ਗਲਤ ਘਿਨੌਣੀ ਹਰਕਤ ਹੈ। ਮੈਂ ਤਾਂ ਡੱਟ ਕੇ ਵਿਰੋਧ ਕਰਦਾ
ਔਰ ਮੈਂ ਰੋਡਵੰਸ਼ ਵੱਲੋਂ ਵੀ ਵਿਰੋਧ ਕਰਦਾ ਕਿਉਂਕਿ ਮੈਂ ਆਪਣੇ ਆਪ ਨੂੰ ਉੱਥੇ ਨੋਨ ਪੋਲੀਟੀਕਲੀ ਆਪਣੇ ਆਪ ਨੂੰ ਰੀਪ੍ਰਜੈਂਟ ਕੀਤਾ। ਉਸ ਦਿਨ ਸਾਡੇ ਗੁਰੂ ਦਾ ਜਨਮ ਦਿਨ ਸੀ, ਮੈਂ ਇਸ ਦੀ ਨਿੰਦਿਆ ਕਰਦਾ।